ਹਰਿਆਣਾ ਦੇ ਸੋਨੀਪੱਤ ਕੁੰਡਲੀ ਪਲਵਲ ਮਨੇਂਸਰ ਮਾਰਗ ਕੇਐਮਪੀ 'ਚ ਦੇਰ ਰਾਤ ਪਿਪਲੀ ਟੋਲ ਪਲਾਜ਼ਾ ਨੇੜੇ ਸਕੋਰਪਿਓ ਗੱਡੀ ਅਤੇ ਟਰੱਕ ਦੇ ਟਕਰਾਨ ਤੋਂ ਬਾਅਦ ਪੰਜਾਬੀ ਗਾਇਕ ਦੀਪ ਸਿੱਧੂ ਦੀ ਮੌਤ ਹੋ ਗਈ ਜਦੋਂ ਕਿ ਉਹਨਾਂ ਦੀ ਦੋਸਤ ਰੀਨਾ ਰਾਏ ਜ਼ਖਮੀ ਹੋ ਗਈ ਹਾਦਸਾ ਉਸ ਵੇਲੇ ਹੋਇਆ ਜਦੋਂ ਦੀਪ ਸਿੱਧੂ ਆਪਣੀ ਦੋਸਤ ਨਾਲ ਸਕੋਰਪਿਓ 'ਚ ਦਿੱਲੀ ਤੋਂ ਪੰਜਾਬ ਨੂੰ ਪਰਤ ਰਹੇ ਸਨ ਹਾਦਸੇ ਤੋਂ ਬਾਅਦ ਦੀਆਂ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਟਰਾਲੇ ਦੇ ਵਿੱਚ ਗੱਡੀ ਵਜਨ ਤੋਂ ਬਾਅਦ ਦੀਪ ਸਿੱਧੂ ਦੀ ਸਕੋਰਪੀਓ ਕਾਰ ਦਾ ਅਗਲਾ ਹਿੱਸਾ ਚੂਰ-ਚੂਰ ਹੋਇਆ ਪਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਦੀਪ ਸਿੱਧੂ ਦੀ ਮ੍ਰਿਤਕ ਦੇਹ ਨੂੰ ਖਰਖੋਦਾ ਸੀਐਚੀ 'ਚ ਰਖਵਾ ਦਿੱਤਾ ਗਿਆ। ਦੀਪ ਸਿੱਧੂ ਕੁੰਡਲੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦਰਾਂ ਉਸ ਵੇਲੇ ਚਰਚਾ ਚਾਏ ਸਨ ਜਦੋਂ ਉਹਨਾਂ ਨੇ ਲਾਲ ਕਿਲੇ ਤੇ ਕੇਸਰੀ ਝੰਡਾ ਫੈਰਾਇਆ ਸੀ। ਦੀਪ ਸਿੱਧੂ ਦਾ ਅਸਲੀ ਨਾਂ ਸੰਦੀਪ ਸਿੰਘ ਜੋ ਬਠਿੰਡਾ ਦੇ ਨਹਿਰੂ ਕਲੋਨੀ ਦੇ ਰਹਿਣ ਵਾਲੇ ਸਨ ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚੂਰਚੂਰ ਹੋ ਗਿਆ ਜਿਸ ਦੇ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਫਿਲਮੀ ਅਦਾਕਾਰ ਮੰਗਲ ਢਿੱਲੋਂ ਅਤੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਦੁੱਖ ਦਾ ਇਜ਼ਹਾਰ ਕੀਤਾ ਬੜੀਆਂ ਉਮੀਦਾਂ ਸੀ ਬੜਾ ਜੋਸ਼ੀਦ ਵਿੱਚ ਉਹ ਬੰਬੇ ਤੋਂ ਆ ਕੇ ਬੜੀ ਦੇਰ ਤੋਂ ਉਥੇ ਕਿਸਾਨਾਂ ਦੇ ਮੋਰਚੇ ਤੇ ਵੀ ਸੰਘਰਸ਼ ਕਰਦਾ ਰਿਹਾ ਹੁਣ ਪੰਜਾਬ ਦੇ ਵਿੱਚ ਵੀ ਸੰਘਰਸ਼ ਕਰ ਰਿਹਾ ਸੀ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹਦੀ ਆਪਣੀ ਸੁਪਨੀ ਸੀ ਇਟਸ ਵੈਰੀ ਟ੍ਰੈਜਿਕ ਵੈਰੀ ਸੈਡ ਵੈਰੀ ਸ਼ੌਕਿੰਗ ਇਹ ਜੇ ਮੌਕੇ ਤੇ ਸ਼ਬਦ ਨਹੀਂ ਹੁੰਦੇ ਪਰ ਜਵਾਨੀ ਦੇ ਵਿੱਚ ਆਦਮੀ ਅਚਾਨਕ ਕਿਹ ਚਲਾ ਜਾਵੇ ਔਰ ਜਦੋਂ ਕਿ ਉਹ ਪੂਰੇ ਜੋਸ਼ ਨਾਲ ਕੰਮ ਕਰ ਰਿਹਾ ਸੀਗਾ ਸੋ ਕਿਸੇ ਨੂੰ ਵੀ ਇਸ ਤਰੀਕੇ ਨਾਲ ਇਸ ਦੁਨੀਆ ਵਿੱਚ ਨਹੀਂ ਜਾਣਾ ਚਾਹੀਦਾ ਹੈ ਬਾਕੀ ਰੱਬ ਜਗੇ ਕਿਹਦਾ ਜ਼ੋਰ ਵੀ ਉਹਦੀ ਮਰਜ਼ੀ ਹੈ ਜਦੋਂ ਸਾਹਾਂ ਦੀ ਪੂੰਜੀ ਖਤਮ ਹੋ ਗਈ ਸਾਨੂੰ ਜਾਣਾ ਪੈਣਾ ਹੈ ਸਰਦੀਆਂ ਲਈ ਬਰੀ ਸੈਟ ਬਹੁਤ ਅਪਸੂਸ ਹੈ ਨੌਜਵਾਨ ਉਮਰ ਚ ਇਸ ਤਰ੍ਹਾਂ ਜਾਣਾ ਉਹਨਾਂ ਦੇ ਮਾਪੇ ਵਾਇਗਰ ਉਹਨਾਂ ਤੇ ਨਹਿਰ ਕਰੇ ਕਿ ਸਦਾ ਜਵਾਨ ਪੁੱਤ ਨਾ ਜਾਵੇ ਮੈਂ ਸਰਦਾਰ ਦੇ ਫੁੱਲ ਪੇਟ ਲੁਧਿਆਣਾ ਤੋਂ सुरेंद्र ਸੋਨੀ ਦੇ ਨਾਲ ਖੰਨਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ